बल्ले बल्ले उठदी बैंदी नित पई छड़ियां दी टाणी आखे हो मर जाने रब करके इना गोरियां रन्ना दे राखे मर जाने रब करके हो सुपने दे विच छड़ा गया मुकलावे ओ सालियां ना पावे पंगड़ा ओ सालियां ना पावे पंगड़ा सालियां ना पावे ना की गल इना छेती आ गया बाबा भीड़ सी लो भाई मैनू वेख के सारिया जनानियां भज गई नाले हजे तो मैं किसी नू छेड़िया भी नहीं सी अच्छा पता नहीं मेरे मुंह ते की तेरे मुंह ते ता ना फिट्टा मुंह लिखा होया नाले गल सुन ले जनानियां छेड़न दा भी टाइम हुंदा है 12:40 तो बाद ओ चल ऊना पकाई मारी जाया कर नाले भाई एक गल दा ता मैं पक्का हिसाब ला लिया आ सब तो वध नाल लुच्चे व्याहे वरे हुंदे आ हां ਕੋਈ ਇਹਨਾਂ ਤੇ ਕੋਈ ਸ਼ੱਕ ਵੀ ਨਹੀਂ ਕਰਦਾ ਇੱਕ ਜਨਾਨੀ ਇਹਨਾਂ ਦੀ ਘਰੇ ਰੱਖੀ ਹੁੰਦੀ ਆ ਇੱਕ ਬਾਹਰ ਰੱਖੀ ਹੁੰਦੀ ਆ ਨਾਲੇ ਮੈਨੂੰ ਤਾਂ ਨਾ ਪੂਰਾ ਗੁੱਸਾ ਚੜਿਆ ਹੋਇਆ ਜਿੱਦਣ ਰੱਬ ਮੈਨੂੰ ਮਿਲ ਗਿਆ ਨਾ ਉਹ ਮੈਂ ਤਾਂ ਉਹਨੂੰ ਥੱਲੇ ਪਾ ਲੈਣਾ ਥੱਲੇ ਕਿਉਂ ਉਹ ਮੈਂ ਇਹਨੂੰ ਪੁੱਛੂੰਗਾ ਵੀ ਭਲਿਆ ਮਾਨਸਾ ਉਹ ਅਸੀਂ ਤੇਰਾ ਕੀ ਮਾੜਾ ਕਰਤਾ ਜਿਹੜਾ ਤੂੰ ਸਾਡੀ ਕਿਸਮਤ 'ਚ ਜਨਾਨੀ ਨਹੀਂ ਲਿਖੀ ਉਹ ਅਸੀਂ ਦੱਸ ਤੇਰੀ ਕੀ ਕੁੜੀ ਕੱਢ ਕੇ ਲੈ ਗਏ ਓਏ ਰੱਬ ਨੂੰ ਮਾੜਾ ਨਾ ਬੋਲੀ ਤੈਨੂੰ ਮੈਂ ਦੱਸਦੀ ਗੱਲ ਰੱਬ ਨੂੰ ਮਾੜਾ ਨਾ ਬੋਲੀ ਉਹਦੇ ਘਰੇ ਦੇਰ ਹੈ ਅੰਧੇਰ ਨਹੀਂ ਭਗਵਾਨ ਇੱਕ ਦਿਨ ਜਿਹੜੀ ਮੇਰੀ ਇਹ ਫਰਿਆਦ ਹੈ ਨਾ ਭਗਵਾਨ ਤੱਕ ਜ਼ਰੂਰ ਪਹੁੰਚੂਗੀ ਹਾਂ ਪਤਾ ਨਹੀਂ ਕਦੋਂ ਪਹੁੰਚੂਗੀ 35 ਸਾਲਾਂ ਦਾ ਮੈਂ ਹੋ ਗਿਆ 40 ਸਾਲਾਂ ਦਾ ਤੂੰ ਹੋ ਗਿਆ ਹੁਣ ਤਾਂ ਸਾਰਾ ਪਿੰਡ ਬਾਹੀ ਆਪਾਂ ਨੂੰ ਛੜਾ ਕਹਿਣ ਲੱਗ ਪਿਆ ਫੇਰ ਕੀ ਹੋ ਗਿਆ ਸਲਮਾਨ ਖਾਨ ਛੜਾ ਰਾਹੁਲ ਗਾਂਧੀ ਛੜਾ ਓਏ ਆਪਾਂ ਨੂੰ ਤਾਂ ਫਕਰ ਕਰਨਾ ਚਾਹੀਦਾ ਆਪਣੇ ਦੇਸ਼ ਦਾ ਪ੍ਰਧਾਨ ਮੰਤਰੀ ਛੜਾ ਫਕਰ ਕਰਨਾ ਚਾਹੀਦਾ ਆਪਾਂ ਨੂੰ ਫਕਰ ਸਵਾ ਫਕਰ ਕਰਨਾ ਚਾਹੀਦਾ ਉਹ ਜਨਾਨੀਆਂ ਸਾਡੇ ਕੋਲੋਂ ਐ ਪਾਸਾ ਵੜ ਕੇ ਲੰਘ ਜਾਂਦੀਆਂ ਨੇ ਜਿਵੇਂ ਸਾਡੇ ਚੋਂ ਮੁਸ਼ਕ ਮਾਰਦਾ ਹੁੰਦਾ ਨਾਲੇ ਇੱਕ ਗੱਲ ਮੈਂ ਸੋਚਦਾ ਹਾਂ ਵੀ ਆਪਾਂ ਤਾਂ ਕਦੇ ਕਿਸੇ ਜਨਾਨੀ ਨੂੰ ਕੁਛ ਕਿਹਾ ਵੀ ਨਹੀਂ 20-25 ਨੂੰ ਕਿਹਾ ਇੰਨੇ ਕੁ ਨਾਲ ਕੀ ਹੁੰਦਾ ਚੰਗਾ ਕਮਚਾ ਰੋਟੀਆਂ ਥੱਪੀਏ ਲੈ ਬਣਾਈਏ ਫਿਰ ਰੋਟੀਆਂ ਅੱਜ ਬਣਾਈਆ ਮੈਂ ਤੁਰਦੀ ਫਿਰਦੀ ਦਾਲ ਮੀਟ ਬਣਾਇਆ ਆਏ ਹਾਏ ਓ ਬਾਈ ਆ ਤਾਂ ਤੂੰ ਲਿਆ ਤੇ ਨਜ਼ਾਰੇ ਗਵਾਂਢਣਾ ਦੇ ਨਾ ਨਾਸੀ ਤੂੰ ਆ ਲਿਆ ਤਾਂ ਤੜਕੇ ਲਾ ਲਾ ਕੇ ਆਏ ਹਾਏ ਬਾਈ ਅੱਜ ਤੜਕੇ ਵਾਲਾ ਸਰੂ ਮੁੱਛਾਂ ਨੂੰ ਵੱਟ ਚੜਾ ਕੇ ਦਾੜੀ ਨੂੰ ਵਸਮਾ ਲਾ ਕੇ ਰਹਿੰਦਾ ਬਣ ਕੇ ਸ਼ਕੀਨ ਵੱਡਾ ਪਾਰਾ ਨੀ ਜੇਬ ਵਿੱਚ ਰੱਖੇ ਲਾਚੀਆਂ ਮੁੰਡਾ ਕੁੜੀਆਂ ਪੱਟਣ ਦਾ ਮਾਰਾ ਨੀ ਜੇਬ ਵਿੱਚ ਰੱਖੇ ਲਾਚੀਆਂ ਹਾਏ ਨੀ ਨੀ ਤੇਰਾ ਕੱਖ ਨਾ ਰਹੇ ਤੇਰਾ ਬੇਕੂਫ ਜਨਾਨੀ ਦਾ ਨੀ ਤੂੰ ਕੀ ਕਰਦਾ ਕੀ ਚੰਨ ਚੜਦਾ ਹੈ ਉਹ ਕੀ ਹੋ ਗਿਆ ਉਹ ਇਹਨੂੰ ਕਰੀਨਾ ਕਪੂਰ ਨੂੰ ਗਾਲਾਂ ਕੱਢਦਾ ਸੈਫ ਅਲੀ ਖਾਨ ਦਾ ਦੂਜਾ ਜਵਾਕ ਜੰਮਣ ਲਈ ਤਿਆਰ ਹੈ ਇੱਥੇ ਸਾਨੂੰ ਇੱਕ ਵੀ ਨਹੀਂ ਜੁੜਦੀ ਉਹ ਜਵਾਕਾਂ ਦੀ ਲੋੜ ਤਾਂ ਸਾਨੂੰ ਵੀ ਹੈ ਨੀ ਮੈਂ ਤਾਂ ਕਹਿਣਾ ਤੂੰ ਹੋ ਜੇ ਰੰਡੀ ਆ ਵੇਖ ਲਾ ਆ ਵਿਆਹੇ ਬਾਰੇ ਬੰਦੇ ਨਾ ਦੁਬਾਰਾ ਵਿਆਹ ਕਰਾਈ ਫਿਰਦੀਆਂ ਨੇ ਇੱਥੇ ਤੋਂ ਕਾਬਲ ਬੰਦੇ ਛੜੇ ਫਿਰਦੇ ਨੇ ਨਾ ਦੱਸ ਸਾਨੂੰ ਨੀ ਮੌਕਾ ਦੇ ਸਕਦੀਆਂ ਜੈ ਸ਼ਨੀ ਦੇਵ ਆਟਾ ਪਾ ਦੇ ਉਹਨੂੰ ਹਾਂ ਜੈ ਸ਼ਨੀ ਦੇਵ ਅੱਜ ਸ਼ਨੀਵਾਰ ਹੈ ਆਹੋ ਕੱਲ ਨੂੰ ਐਤਵਾਰ ਪਰਸੋਂ ਨੂੰ ਸੋਮਵਾਰ ਹੈ ਕੀ ਕਰੀਏ ਫਿਰ ਉਹ ਪੱਕਾ ਤੇਲ ਪਾਓ ਤੇਲ ਪਾਉਣ ਨਾਲ ਕੀ ਹੋ ਜੂ ਉਹ ਪੱਕਾ ਤੁਹਾਡੇ ਵਿਆਹ ਹੋ ਜਾਣਗੇ ਇਹਨੂੰ ਬੰਦਾ ਪੁੱਛਣ ਵਾਲਾ ਹੋਵੇ ਵੀ ਤੇਲ ਪਾਉਣ ਨਾਲ 10 ਵਿਆਹ ਰਹਿਣਾ ਹੋ ਜੂਗਾ ਉਹ ਲਿਆ ਪੱਕਾ ਤੇਰਾ ਹੱਥ ਲਿਖੀਏ ਹੈ ਲੈ ਲੈ ਲਓ ਜੀ ਮੇਰਾ ਵੀ ਦੇਖ ਲੈ ਖੜ ਜਾ ਓਏ ਪੱਕਾ ਤੇਰੇ ਹੱਥ ਤੇ ਵਿਆਹ ਦੀ ਲਕੀਰ ਹੀ ਨਹੀਂ ਹੋਊਗੀ ਜੀ ਮਿਟ ਗਈ ਹੋਣੀ ਆ ਮੈਨੂੰ ਤੁਹਾਡੀ ਨਜ਼ਰ ਥੋੜੀ ਜੀ ਕਮਜ਼ੋਰ ਲੱਗਦੀ ਥੋੜੀ ਜੀ ਮਾੜਾ ਜਿਹਾ ਧਿਆਨ ਨਾਲ ਦੇਖੋ ਪੰਡਿਤ ਜੀ ਤੇਰੇ ਘਰ ਦਾ ਮੂੰਹ ਕਿਹੜੇ ਪਾਸੇ ਹੈ ਉਹ ਤੈਨੂੰ ਦੀਦਾ ਨਹੀਂ ਚੜਦੇ ਪਾਸੇ ਹੈ ਤਾਂ ਹੀ ਤਾਂ ਸ਼ਨੀ ਨੇ ਸਭ ਕੁਝ ਦੇਖ ਲਿਆ ਏ ਦੇਖ ਲਿਆ ਉਹ ਸ਼ਨੀ ਦਾ ਘਰ ਤਾਂ 10 ਘਰ ਛੱਡ ਕੇ ਆ ਨਾ ਸ਼ਨੀ ਕੀ ਦੇਖ ਲੂਗਾ ਓਏ ਫਿੱਟੇ ਮੂੰਹ ਤੇਰੇ ਓਏ ਰੋਡੇ ਦੇ ਮੁੰਡੇ ਸ਼ਨੀ ਦੀ ਗੱਲ ਨਹੀਂ ਕਰਦਾ ਓਏ ਸ਼ਨੀ ਗ੍ਰਹਿ ਦੀ ਗੱਲ ਕਰਦਾ ਉਪ ਗ੍ਰਹਿ ਦੀ ਅੱਛਾ ਆਹੋ ਪੱਕਾ ਤੁਹਾਡਾ 500 ਰੁਪਿਆ ਲੱਗੂਗਾ ਸ਼ਨੀ ਦਾ ਬੰਦੋਬਸਤ ਮੈਂ ਕਰ ਦਿਆਂਗਾ ਪਰ ਕੀ ਪਰ ਘਰ ਦੇ ਵਿੱਚ ਨਾਰੀ ਦੇ ਚਰਨ ਪੈਣੇ ਬਹੁਤ ਜ਼ਰੂਰੀ ਆ ਓਏ ਅਸੀਂ ਨਾਰੀ ਦੇ ਚਰਨ ਕਿੱਥੋਂ ਵੱਢ ਕੇ ਲਈਏ ਹੈ ਸਾਡੇ ਘਰ ਦੇ ਤਾਂ ਕੋਈ ਅੱਗੋਂ ਦੀ ਨਹੀਂ ਲੰਘਦੀ
ਉਹ ਸਾਨੂੰ ਦੇਖ ਕੇ ਤਾਂ ਪਾਸਾ ਵੜ ਲੈਂਦੀਆਂ ਨੇਗੀਆਂ। ਸਾਡੀ ਮਾਂ ਮਰ ਗਈ ਸੀ 4-5 ਸਾਲ ਪਹਿਲਾਂ, ਕੋਈ ਡਰਦੀ ਪਿੱਟਣੀ ਆਈ ਵੀ ਗੱਲਾਂ ਬਣ ਜਾਣਗੀਆਂ। ਯਾਰ ਤੂੰ ਕਿਉਂ ਮਨੂਸ਼ ਗੱਲਾਂ ਕਰਦਾ ਹੁੰਦਾ, ਵਿੱਚ ਬੋਲਣ ਲੱਗ ਜੂਗਾ। ਲਿਆ ਤਖਤਾ ਛੇਤੀ 500 ਪੰਡਿਤ ਜੀ, ਤੁਸੀਂ ਆਹ ਫੜੋ ਮੇਰੇ ਤੋਂ। ਕਿੰਨੇ ਪੈਸੇ ਖਰਾਬ ਕਰਤੇ ਤੈਂ, ਵਿਆਹ ਫਿਰ ਵੀ ਨਹੀਂ ਹੋਇਆ। ਓਏ ਅੱਜ ਪਤਾ ਲੱਗਿਆ ਸ਼ਨੀ ਨੇ ਨਾਕਾ ਲਾਇਆ ਹੋਇਆ ਸੀ, ਹੁਣ ਖੋਲਣਗੇ ਪੰਡਿਤ ਜੀ। ਪਟਾ ਮੈਂ ਗਰੰਟੀ ਦਿੰਨਾ, 6 ਮਹੀਨੇ ਅੰਦਰ ਤੇਰਾ ਵਿਆਹ ਹੋ ਜੂਗਾ। ਜੇ ਨਾ ਹੋਇਆ ਨਾ, ਉਹ ਸਾਹਮਣੇ ਕੁੱਕੜ ਮੈਂ ਖੁੱਡਾ ਤੈਨੂੰ ਅੰਦਰ ਕਰ ਦੂੰਗਾ। ਨਾਰੀ ਦੇ ਚਰਨ ਪੈਣੇ ਬਹੁਤ ਜ਼ਰੂਰੀ ਹੈ ਘਰ 'ਚ। ਅਗਰ ਸੱਜ ਵੀ ਆਈ ਨਾਰੀ ਦੇ ਪੈਰ ਘਰ 'ਚ ਪੈ ਜਾਣ, ਹੋ ਸਕਦਾ ਹੈ ਤੇਰਾ ਵਿਆਹ ਪਹਿਲਾਂ ਹੋ ਜੇ। ਜੈ ਸ਼ਨੀ ਦੇਵ, ਜੈ ਸ਼ਨੀ ਦੇਵ, ਜੈ ਸ਼ਨੀ ਦੇਵ, ਜੈ ਸ਼ਨੀ ਦੇਵ। ਗੱਲ ਸੁਣ ਮੇਰੀ, ਹੁਣ ਸੱਜ ਵਿਆਹੀ ਦਾ ਪ੍ਰਬੰਧ ਕਰੀਏ। ਹਾਂ ਉਹ ਬਾਈ, ਉਹ ਬਾਈ ਪੰਡਤ ਆਪਦਾ ਤੇਲ ਵਾਲਾ ਡੋਲੂ ਤਾਂ ਇੱਥੇ ਭੁੱਲ ਗਿਆ। ਅੱਜ ਫਿਰ ਮੱਛੀ ਦੇ ਪਕੌੜੇ ਇਹਦੇ 'ਚ ਹੀ ਬਣ ਗਏ। ਬਈ ਆਹ ਕਿਹੜੀ ਜਾਂਦੀ ਆ, ਬੁੱਧਵਾਰ ਵੀਰਵਾਰ ਕਰਦੀ। ਆ ਤੂੰ ਛੱਤਰ ਨਾ ਖਾ ਲਈ, ਬਖਤੌਰੀ ਕੀ ਨਾਂ ਹੈ, ਜਦੋਂ ਮਾਰਦੀ ਨਾ ਕੰਨ ਦੇ ਚਪੇੜਾ, ਪੰਜੇ ਉਂਗਲਾਂ ਛਾਪ ਦਿੰਦੀ ਜਗਦੀ। ਆਹ ਤਾਂ ਕਿਤੇ ਖਾਧੀਆਂ ਲੱਗਦੀਆਂ ਬਾਈ ਨੇ। ਨੇਕ ਤੇ ਦੇਵ ਨੇ ਨਜ਼ਰ ਆ ਰਹੇ ਅੱਜ, ਅੱਗੇ ਤਾਂ ਸਭ ਤੋਂ ਪਹਿਲਾਂ ਆ ਜਾਂਦੇ ਹੁੰਦੇ ਆ। ਉਹ ਘਰੇ ਯਕੀਨੀ ਸ਼ਕੂਨੀ ਲਾਉਂਦੇ ਹੁੰਦੇ ਆ। ਸਹੀ ਗੱਲ ਹੈ ਪੰਮਿਆ, ਬਈ ਨੇਕ ਸਾਰਾ ਕੁਝ ਭੁੱਲ ਸਕਦਾ, ਪਰ ਪਤੰਦਰ ਅੱਖਾਂ 'ਚ ਸੁਰਮਾ ਪਾਉਣਾ ਨਹੀਂ ਭੁੱਲਦਾ। ਉਹਨਾਂ ਨੂੰ ਵੇਖ ਕੇ ਤਾਂ ਜਨਾਨੀਆਂ ਰਾਹ ਛੱਡ ਜਾਂਦੀਆਂ। ਬੰਦੇ ਚ ਦਿਲ ਤੇ ਸਾਫ ਆ, ਨਾਲੇ ਦੁੱਧ ਧੋਤਾ ਕੌਣ ਹੈ, ਉਹ ਜ਼ਮੀਨ ਤਾਂ ਹੈਗੀ ਉਹਨਾਂ ਕੋਲੇ, ਸੰਜੋਗ ਹੀ ਢਿੱਲੇ ਆ। ਵੈਸੇ ਹੁਣ ਤਾਂ ਵਿਆਹ ਨਾ ਕਰਾ, ਉਹਨਾਂ ਦਾ ਰਵਾਜ ਤੇ ਚੱਲ ਪਿਆ। ਉਹ ਛੜਿਆਂ ਦੀ ਕਿੰਨੀ ਜੂਨ ਬੁਰੀ ਆ, ਉਹਨਾਂ ਨੂੰ ਪੁੱਛ ਕੇ ਵੇਖੋ ਛੜਿਆਂ ਨੂੰ। ਪੰਡਿਤ ਸਹੀ ਕਹਿੰਦਾ ਸੀ, ਜਿੱਥੇ ਜਨਾਨੀ ਦੇ ਪੈਰ ਨਾ ਪੈਣ ਉਹ ਘਰ ਮਨਹੂਸ ਹੁੰਦਾ। ਉਹ ਕਦੇ ਤਾਂ ਦਿਮਾਗ ਤੋਂ ਕੰਮ ਲੈ ਲਿਆ ਕਰ, ਨਾਲੇ ਹੋਰਾਂ ਦਾ ਤਾਂ ਮੈਨੂੰ ਪਤਾ ਨਹੀਂ, ਪਰ ਜਨਾਨੀ ਦੇ ਪੈਰ ਨਹੀਂ ਬਾਈ, ਜਨਾਨੀ ਦੇ ਤਾਂ ਕੂਲੇ ਕੂਲੇ ਪੋਲੇ ਪੋਲੇ ਚਰਨ ਹੁੰਦੇ ਓ। ਚਰਨ ਚਰਨ, ਮੇਰਾ ਦਿਲ ਕਰਦਾ ਚਰਨ 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 ਚਰਨ। ਓ ਦੇਵ, ਉਹ ਮੇਰੇ ਦਿਮਾਗ 'ਚ ਨਾ ਇੱਕ ਸਕੀਮ ਆਈ ਹੈ। ਕੀ ਬਈ? ਐਂ ਕਰ, ਤੂੰ ਮਰ, ਫਿਰ ਦੇਖੀ ਆਪਣੇ ਘਰੇ ਜਨਾਨੀਆਂ ਦੀਆਂ ਲੇਅਰਾਂ ਬਣਦੀਆਂ ਹੋਣਗੀਆਂ। ਉੱਥੇ ਜਨਾਨੀ, ਉੱਥੇ ਜਾਣੀ, ਇੱਥੋਂ ਲੈ ਕੇ ਉੱਥੇ ਤੱਕ ਕੋਠੇ ਜਨਾਨੀਆਂ, ਚਾਰੇ ਪਾਸੇ ਜਨਾਨੀ ਜਨਾਨੀਆਂ। ਹਾਂ, ਮੈਂ ਮਰ ਜਾ ਤੇ ਤੂੰ ਜਨਾਨੀਆਂ ਨਾਲ ਮੁੱਝਾ ਲਵੇ, ਮੇਰਾ ਹੱਲੇ ਵਿਆਹ ਨਹੀਂ ਹੋਇਆ, ਤੂੰ ਮੈਨੂੰ ਪਹਿਲਾਂ ਹੀ ਮਾਰ ਦੇ। ਸੱਚ ਮੁੱਚੀ ਥੋੜਾ ਮਾਰਨਾ ਹੈ? ਤੂੰ ਸੋਚ ਕੇ ਦੇਖ, ਜਦੋਂ ਤੂੰ ਮਰਿਆ ਹੋਵੇਂਗਾ ਜਨਾਨੀਆਂ ਕੀ ਕਰਨਗੀਆਂ ਫਿਰ? ਡਰਾਮਾ? ਹਾਂ, ਮਰਨ ਦਾ। ਹਾਂ, ਉਹ ਗੱਲ ਤੇਰੀ ਜਮਾਂ ਸਹੀ ਆ ਬਾਈ, ਪਰ ਮੇਰੀ ਗੱਲ ਸੁਣ, ਜਦੋਂ ਮੈਂ ਮਰਿਆ ਪਿਆ ਹੋਇਆ ਨਾ, ਹਾਂ, ਜਿਹੜੀ ਆਪਣੀ ਗਵੰਡ ਨਹੀਂ ਹੈਗੀ, ਮਾਸਟਰ ਨੀ, ਹਾਂ, ਉੱਚੀ ਅੱਡੀ ਦੇ ਸੈਂਡਲ ਵਾਲੀ, ਹਾਂ, ਸਕੂਟਰੀ ਵਾਲੀ, ਉਹ ਇਹਨੂੰ ਜ਼ਰੂਰ ਬੁਲਾਈ। ਇਹ ਮਰੇ ਬੰਦੇ ਤੇ ਬੜਾ ਉੱਪਰ ਲਿਟ ਲਿਟ ਕੇ ਅਫਸੋਸ ਕਰਦੀ ਹੁੰਦੀ ਆ, ਉਹ ਦੇਖੀ ਜਦੋਂ ਮੈਂ ਮਰਿਆ ਪਿਆ ਹੋਊਗਾ, ਮੈਨੂੰ ਆ ਕੇ ਕਹੂਗੀ, ਹਾਏ ਵੇ ਦੇਵ ਤੂੰ ਕਿਉਂ ਮਰ ਗਿਆ, ਮੈਨੂੰ ਵੀ ਨਾਲ ਹੀ ਲੈ ਜਾਂਦਾ, ਵੇ ਦੇਵ ਮੈਂ ਵੀ ਤੇਰੇ ਨਾਲ ਹੀ ਜਾਣਾ, ਨਾਲ ਹੀ ਜਾਣਾ, ਨਾਲ ਹੀ ਜਾਣਾ। ਮੇਰੀ ਗੱਲ ਸੁਣ, ਮੇਰੀ ਦੇਖ ਲੈ, ਜਿਉਂਦੇ ਜੀ ਤੇਰੀ ਕਿਸੇ ਨੇ ਬਾਤ ਨਹੀਂ ਪੁੱਛੀ, ਮਰਨ ਤੋਂ ਬਾਅਦ ਤੈਨੂੰ ਜਨਾਨੀਆਂ ਚਿੰਬੜਨਗੀਆਂ, ਫਿਰ ਛੇਤੀ ਮਰ ਜਾ, ਨਾਲੇ ਗੱਲ ਸੁਣ। ਓਏ ਆਪਾਂ ਤਾਂ ਡਰਾਮਾ ਕਰਨਾ, ਆਪਣਾ ਮੇਨ ਮਕਸਦ ਆ ਬਸ ਆਹੀ ਹੈ ਵੀ ਆਪਣੇ ਘਰ ਦੇ ਵਿੱਚ ਜਨਾਨੀਆਂ ਦੇ ਚਰਨ ਚਰਨ ਚਰਨ। ਹਾਏ ਓਏ ਮਾਸਟਰ ਨਹੀਂ ਆਉਗੀ, ਮੈਂ ਤਾਂ ਛੇਤੀ ਮਰ ਲੱਗਾ। ਪੈਰ ਨੂੰ ਟੱਕਦੇ ਜਲਦੀ ਕਰ, ਛੇਤੀ ਕਰ ਦੇ। ਓਏ ਲੋਕ, ਮੇਰਾ ਅੰਮਾ ਜਾਇਆ ਭਰਾ ਮਰ ਗਿਆ ਓਏ, ਹਾਏ ਹਾਏ ਓਏ ਲੋਕ, ਓ ਬਾਈ ਮੈਂ ਤੇਰੇ ਨਾਲ ਜਾਣਾ ਓਏ, ਓਏ ਮੈਨੂੰ ਵੀ ਨਾਲ ਲੈ ਚੱਲ ਓਏ, ਮੇਰਾ ਅੰਮਾ ਜਾਇਆ ਭਾਈਆ, ਹਾਏ। ਕੋਈ ਆਈ? ਕੋਈ ਨਹੀਂ ਆਈ, ਤੂੰ ਪੈ ਜਾ, ਤੈਨੂੰ ਤਾਂ ਮੌਤ ਵੀ ਨਹੀਂ ਆਈ ਅਜੇ, ਪੈ ਜਾ ਪੈ ਜਾ, ਹਾਏ। ਓਏ ਮੇਰਾ ਭਾਈ ਮਰ ਗਿਆ ਓਏ, ਓਏ ਅਸੀਂ ਪੱਟੇ ਗਏ ਓਏ, ਓ ਬਾਈ ਮੈਂ ਪੱਟਿਆ ਗਿਆ ਓਏ, ਹਾਏ 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 ਹਾਏ, ਮਰ ਗਿਆ ਓਏ, ਪੱਟਿਆ ਗਿਆ ਓਏ, ਹਾਏ ਹਾਏ, ਓ ਮੇਰਾ ਭਾਈ ਓਏ, ਹਾਏ 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 ਹਾਏ। ਜਵਾਨ ਜਹਾਨ ਬੰਦੇ ਨੂੰ ਕੋਈ ਪਿੱਟਣ ਵੀ ਨਹੀਂ ਆਈ, ਛੜੇ ਬੰਦੇ ਦੀ ਤਾਂ ਸੱਚੀ ਜੂਨ ਮਾੜੀ ਆ। ਨਹੀਂ ਮੈਂ ਤਾਂ ਕਹਿੰਦਾ ਮਾਸਟਰ ਨੀ ਮਰ ਜੇ ਤੂੰ, ਮੈਂ ਤਾਂ ਕਹਿੰਦਾ ਤੇਰੀ ਸਕੂਟਰੀ ਦਾ ਐਕਸੀਡੈਂਟ ਹੋ ਜਾ, ਤੂੰ ਟਰੱਕ ਥੱਲੇ ਵੱਜ ਜਾ, ਉਹ ਤੇਰਾ ਜਲੇਬੀ ਚੂੜਾ ਖਿਲਰ ਜੇ। ਉਹ ਬਾਈ ਇਹ ਤਾਂ ਸੱਚੀ ਮਨਹੂਸ਼ ਹੈ। ਉਹ ਇੱਕ ਗੱਲ ਦੇਖੀ, ਇਸ ਘਰ 'ਚ ਜਨਾਨੀ ਦੇ ਚਰਨ ਜ਼ਰੂਰ ਪੈਣਗੇ।
नाले पैंदे रहनगे। इस घर दे विच हुण जनानी दे चरण जरूर पैणगे, चाहे जो मर्जी हो जाए। ओ छड़े हुंदे ने छड़े ओए रन्ना वालियो, रहण मोड़ ते खड़े ओए रन्ना वालियो। देख ला यार, मास्टरनी हाले तक नहीं आई। होर यार, मैं कहा तनखाह दा भाद नहीं इन्नीआं ते टाइम ते आउंदे नहीं गे। आ गई मेरे सपनों की रानी। रुक 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 ला मैडम जी, ये थोड़े वास्ते वेख लो चंगी गल नहीं हैगी। अज वेख लो तुसी पूरे अद्धा घंटा लेट हो, फिर तुसी जाके जवाकां नूं कुटदे जी, फिर तुसी कहिंदे जी जवाक पास नहीं हुंदे जी। पास कित्थों होणगे, सानूं अद्धा घंटा हो गया तुहाडे राहां विच। ना तुसी मेरा राह क्यों रोकिया? असीं तां जी इस करके रोकिया, तुहाडे स्कूल च ना दाखल होना चाहुंदे आ। इहदा मतलब है जी तुहाडे दिल दे स्कूल दे विच। ना हुण तुहाडी स्कूल च दाखल होण दी उमर है, हुण तां तुहाडी हस्पताल च दाखल होण दी उमर है। नाले मेरी गल सुन लो, कन्न खोल के 100 छित्र मारूंगी ते इक गिणूंगी। सच्ची लै मार, करदे मुहूर्त तेरे हाथ पवित्र हो जाणगे, नाले साडी आत्मा पवित्र। नाले जदों ना पोले पोले थनन मारूंगा ना जी, सानूं तां वाला नजारा आऊगा। मेरे नाल कलाई दिओ, लाओ इत्थे इत्थे। ओए मेरे नाल वे हट, बहुत वधिया हाथ ने जी तुहाडे। मेरी गल नजारा आ गया, मेरी गल सुन लो, हाथ बन्ने तुहाडे मूहरे, नाले मेरा राह ना रोकिया करो। तुहाडी तां कोई इज्जत है नहीं, मैनूं क्या पिंड च बदनाम करदे हो। चंगी गल नहीं हैगी जी। आए मैं तो कहना तेरी स्कूटरी खराब हो जाए, ऐसी धक्का लाइए। मैं भी लाऊंगा। ओए उठ, ओ देव, आज चाली तेरी वारी है, तीजा दिन है। ओए उठ यार, उठ, मैनू सौ लैण दे 4 बजे तक। कौन? ओ सुपना तां मैनू आ रहा सी ना, मेरे सुपने दे विच कुड़ी इहदे नाल पई आ। ओए उठ। हां ओ की हो गया? ओ आ कौन है? हैं ओ मैनू 11 बजे तक सुपना चले जांदा है जे। हाय चूड़ा पाया होया, मैनू भी लग्या। ओ भगवान ताए मेरी सुन ली, ओ भगवान ताए मेरी सुन ली। ओ सड़ा डेक ना तोड़ दी, ओ सुत्ती पई आ। ए सुत्ती पई भी सोहनी लगदी है। ओ पंडित कहिंदा सी छोटे घरे जनानी दे चरण पैणगे, पाएगे पाएगे पाएगे। हाय हाय नाजुक शरीर है। ओए तां मरी होई आ, लगदा भगवान जान पाउणी भुल गया। ओ भगवान आपदी परजाई च जान बचा दिंदा। ओए भगवान दी की लगी है? भगवान दी तां पता नहीं की लगी, पर आपां नूं फाइल आउंगी है। ओए चल शुक्र है पंडता, अपने घरे जनानी दे चरण तां पए। ओ लगदा चरणा दे पुलिस वाले जेल च ठोकणगे। ऐ कर आपां इहनूं अंदर दब दिंदे आ। ओ नहीं नहीं, चड़ेल बन जूगी इह। ओ कोई ना, इक दिहाड़ी तां रख लै इहनूं। ओ कंजरा क्यों नाल मैनूं वी मरवाएगा, चल इहनूं कितें सुट सुटाईए। जल्दी चल चक चल जल्दी कर यार। हाय ओए हाथ नाल आ सोहणी लगदी है। ओ सोहणी तां मैनूं वी लगदी आ, पर हुण विदा तां करनी पऊ। हाय मैं विआह तों पहली रंडा हो गया। चकला 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 चकला। हाय भारी है सट लवा। ਨਹੀਂ ਤਾਂ ਕਹਿੰਦੇ ਹੁੰਦੇ ਨੇ ਮਰਨ ਵਾਲਾ ਬੰਦਾ ਭੁੱਲ ਜਾਂਦਾ। ਮਰੀ ਹੋਈ ਤੇ ਹੋਰ ਕੀ ਸੱਟ ਵੱਜੂਗੀ। ਹੁਣ ਇਹਨੂੰ ਕਿੱਥੇ ਲੈ ਚੱਲ ਗਏ? ਕੀ ਲੈ ਚੱਲੇ? ਝਾਂਜਰ ਵਾਲੇ ਪੈਰ ਛੜਕਦੇ ਨੇ ਓਏ। ਬਚਾ ਕੇ ਬਚਾ ਕੇ ਬਚਾ ਕੇ। ਓ ਮੇਰੇ ਜੀ ਨੂੰ ਕੁਛ ਹੁੰਦਾ, ਕਾਸ਼ ਇਹਦੇ ਵਿੱਚ ਜਾਨ ਪਾਈ ਹੁੰਦੀ ਨਾ। ਦੇਖ ਲੈ ਕਿੰਨੀ ਭੋਲੀ ਭਾਲੀ ਆ, ਅਸੀਂ ਖੜ ਜਾਂਦੀ ਵਿਚਾਰੀ ਮੋਮ ਦੇ ਪੁੱਤਰ। ਰੇੜੀ ਲੈ ਕੇ ਆ, ਰੇੜੀ ਲੈ ਕੇ ਆ ਤੂੰ। ਨਹੀਂ ਮੈਂ ਇਕੱਲਾ ਨੀ ਜਾਂਦਾ, ਤੂੰ ਮੇਰੇ ਨਾਲ ਆ, ਤੇਰੇ ਕੋਲ ਪਤਾ ਮੇਰੇ ਪਿੱਛੋਂ। ਉਹ ਕਮਾਲ ਦੀ ਗੱਲ ਕਰਦਾ, ਉਹ ਲਾਸਟ ਤਾਂ ਸਭ ਦੀ ਸਾਂਝੀ ਹੈ, ਮੈਂ ਇਹਨੂੰ ਕੁਛ ਨੀ ਕਹਿੰਦਾ ਯਾਰ, ਕਮਾਲ ਕਰਦਾ। ਹਾਏ ਜਾ, ਤੈਨੂੰ ਸੌਂ ਲੱਗੇ ਵੱਡੇ ਮਹਾਰਾਜ ਦੀ। ਪੱਕਾ ਪੱਕਾ ਜਾਨਾ ਲੈ ਕੇ ਆਉਣਾ ਫਿਰ ਮੈਂ। ਹਾਏ ਤੇਰੇ ਚਰਨ ਪਏਗੇ ਪਏਗੇ, ਭਾਗ ਲੱਗ ਗਏ ਨੀ ਬਿੱਲੋ, ਭਾਗ ਲੱਗ ਗਏ ਨੀ ਬਿੱਲੋ, ਭਾਗ ਲੱਗ ਗਏ। ਖੋਲਿਆ ਭਾਈ, ਉਹ ਮੇਰਾ ਤਾਂ ਵਿਦਾ ਕਰਨ ਨੂੰ ਜੀ ਨਹੀਂ ਕਰਦਾ ਓਏ। ਓਏ ਐਂ ਕਰ, ਓਏ ਅੰਦਰ ਦੱਬ ਦਿੰਦੇ ਆ, ਚੜੇਲ ਬਣ ਜੂਗੀ, ਚਿੰਬੜ ਤਾਂ ਜਾਇਆ ਕਰੂਗੀ ਆਪਾਂ ਨੂੰ।
ਰੇੜੀ ਬੈ ਕੇ ਲਿਆਉਣ ਲੱਗਾ ਹਾਏ ਘਰ ਚ ਡੋਲੀ ਆਈ ਨੀ ਅਰਪੀ ਪਹਿਲਾਂ ਜਿਹੜੀ ਆਏ ਕਿਵੇਂ ਅਰਪੀ ਦਾ ਕਰੀਏ ਤੇ ਗੱਡੀ ਬੈਕ ਵੀ ਲਾਤੀ ਆ ਪੁੱਛ ਕੇ ਅਫਸੋਸ ਕਰ ਲਾ ਗੁਆਂਢੀਆਂ ਨੂੰ ਪਤਾ ਲੱਗ ਜੂਗਾ ਦੱਸ ਇਹਨੂੰ ਸਾਹ ਕਿਵੇਂ ਆਊਗਾ ਉਹ ਨਹੀਂ ਚੱਕ ਤੂੰ ਗੱਡੀ ਚਲਾ ਪਸਾਲੀ ਜਲਦੀ ਚੱਲ ਹੌਲੀ ਹੌਲੀ ਚੱਲ 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 ਹੌਲੀ ਹਜੇ ਕਿੰਨੀ ਕਮਾਰ ਛੱਡ ਕੇ ਆਉਣਾ ਇਹਨੂੰ ਉਹ ਕਿੱਥੇ ਲੈ ਕੇ ਜਾਣਾ ਹਜੇ ਇਹਨੂੰ ਜਨਾਬ ਇਹ ਮੇਰਾ ਮੁੰਡਾ ਹੈ ਜੀ ਬਲਕਾਰ ਇਹਦੇ ਘਰ ਵਾਲੀ ਦੋ ਦਿਨਾਂ ਤੋਂ ਗਾਇਬ ਹੈ ਜੀ ਸਾਰੀਆਂ ਰਿਸ਼ਤੇਦਾਰੀਆਂ 'ਚ ਪਤਾ ਕਰ ਲਿਆ ਪਰ ਕੋਈ ਥੋ ਪਤਾ ਨਹੀਂ ਲੱਗਿਆ ਕੋਈ ਝਗੜਾ ਨਹੀਂ ਜਨਾਬ ਕੋਈ ਝਗੜਾ ਨਹੀਂ ਹੋਇਆ ਬਸ ਸਮਝ ਨਹੀਂ ਆਉਂਦੀ ਜਨਾਬ ਚੱਕਰ ਕੀ ਬਣਿਆ ਕਿਸੇ 'ਤੇ ਕੋਈ ਸ਼ੱਕ ਹੋਵੇ ਉਹਦੇ ਪੇਕੇ ਉਹ ਤਾਂ ਆਪ ਪਰੇਸ਼ਾਨ ਹੈ ਜੀ ਵਿਚਾਰੇ ਦੋ ਦਿਨ ਹੋ ਗਏ ਸਾਡੇ ਤਾਂ ਰੋਟੀ ਨਹੀਂ ਪੱਕੀ ਕੋਈ ਗੱਲ ਨਹੀਂ ਤੁਸੀਂ FIR ਦਰਜ ਕਰਾਓ ਬਾਕੀ ਅਸੀਂ ਦੇਖਦੇ ਹਾਂ ਠੀਕ ਹੈ ਠੀਕ ਹੈ ਸਰ ਗਾਜੀ ਨਾ ਹੋਏ ਮੇਰਾ ਜਦੋਂ ਗਰਜਦਾ ਨਾ ਤਾਂ ਸੂਰਜ ਵੀ ਚੜ੍ਹਨਾ ਭੁੱਲ ਜਾਂਦਾ ਭਾਈ ਜੀ ਨੰਬਰਦਾਰ ਸਾਹਿਬ ਦੀ ਨੂੰਹ ਪਿਛਲੇ ਕਈ ਦਿਨਾਂ ਤੋਂ ਗਾਇਬ ਹੈ ਸਾਡੇ ਤੋਂ ਡਰਨ ਦੀ ਲੋੜ ਨਹੀਂ ਪੁਲਿਸ ਤੁਹਾਡੀ ਹਿਫਾਜ਼ਤ ਵਾਸਤੇ ਹੁੰਦੀ ਹੈ ਜੇ ਕਿਸੇ ਨੇ ਆਉਂਦੀ ਜਾਂਦੀ ਵੇਖੀ ਹੋਵੇ ਜਾਂ ਕੋਈ ਹੋਰ ਗੱਲ ਪਤਾ ਹੋਵੇ ਤਾਂ ਸਾਨੂੰ ਦੱਸੋ ਦੱਸਣ ਵਾਲੇ ਦਾ ਨਾਂ ਅਸੀਂ ਬਾਹਰ ਨਹੀਂ ਆਉਣ ਦੇਵਾਂਗੇ ਇੱਕ ਗੱਲ ਹੋਰ ਕਾਨੂੰਨ ਦੇ ਹੱਥ ਬੜੇ ਲੰਬੇ ਹੁੰਦੇ ਨੇ ਮੈਂ ਨਹੀਂ ਚਾਹੁੰਦਾ ਕਿ ਸਾਡੇ ਤੋਂ ਕੋਈ ਬੇਕਸੂਰ ਕੁੱਟਿਆ ਜਾਵੇ ਮੇਰਾ ਨਾਂ ਗਾਜੀ ਹੈ ਜਦੋਂ ਮੈਂ ਗਰਜਦਾ ਨਾ ਵੱਡੇ ਵੱਡੇ ਮੁਜਰਮ ਆਪਣਾ ਗੁਨਾਹ ਕਬੂਲ ਕਰ ਲੈਂਦੇ ਨੇ ਚੰਗਾ ਭਾਈ ਸਤਿ ਸ੍ਰੀ ਅਕਾਲ ਤੂੰ ਮੇਰਾ ਰਾਖਾ ਸਭਨੀ ਥਾਈ ਇੱਥੋਂ ਬਚ ਗਿਆ ਇੱਥੋਂ ਬਚਾਈ ਇੱਥੋਂ ਆਹ ਇਹ ਧੱਕਾ ਹੈ ਅਈ ਤੂੰ ਮੇਰਾ ਰਾਖਾ ਸਭਨੀ ਥਾਈ ਤੂੰ ਮੇਰਾ ਰਾਖਾ ਸਾਰਾ ਡਰਾ ਤਾ ਮੈਂ ਸੀ ਅੰਦਰ ਮੇਰੀ ਗੱਲ ਸੁਣ ਲੈ ਪਿੰਡ ਦੇ ਵਿੱਚ ਪੁਲਿਸ ਆ ਗਈ ਜਿਹੜਾ ਗਾਜੀ ਹੈ ਨਾ ਥਾਣੇਦਾਰ ਉਹ ਤਾਂ ਬਹੁਤ ਦਬੰਗ ਹੈ ਕਹਿੰਦੇ ਵਾਲਾ ਜ਼ਿਆਦੇ ਕੁੱਟਦਾ ਹੈ ਹੁਣ ਕੀ ਹੋਊਗਾ ਹੁਣ ਕੀ ਹੈ ਓਏ ਪੰਡਿਤ ਕਹਿੰਦਾ ਸੀ ਘਰੇ ਜਨਾਨੀ ਦੇ ਚਰਨ ਪਵਾਓ ਆ ਹੁਣ ਪੁਲਿਸ ਦੇ ਠੁੱਡੇ ਖਾਓ ਉਹ ਬਈ ਉਹ ਜਿਹੜੀ ਜਨਾਨੀ ਸੀ ਨਾ ਉਹ 90 ਨੰਬਰਦਾਰ ਦੀ ਨੂੰਹ ਸੀ ਨਾਲੇ ਮੇਰੀ ਗੱਲ ਸੁਣ ਇੱਧਰ ਨੂੰ ਰਹਿ ਕੰਨ ਕਰ ਯਾਰ ਕੰਧਾਂ ਦੇ ਵੀ ਕੰਨ ਹੁੰਦੇ ਆ ਧਿਆਨ ਨਾਲ ਗੱਲ ਸੁਣ ਮੇਰੀ ਆਪਾਂ ਨਾ ਘਰੇ ਨਹੀਂ ਬੈਠਣਾ ਹੈਗਾ ਆਪਾਂ ਨਾ ਬਾਹਰ ਚੱਲਦੇ ਆ ਜਿਵੇਂ ਆਪਾਂ ਨੂੰ ਕਿਸੇ ਗੱਲ ਦਾ ਪਤਾ ਨਹੀਂ ਹੁੰਦਾ ਟੌਰ ਨਾ ਫਰੀ ਆਪਾਂ ਪਰ ਮੇਰੀ ਗੱਲ ਸੁਣ ਲਾ ਆਪਦੀ ਜ਼ੁਬਾਨ ਤੇ ਕਾਬੂ ਰੱਖੀ ਉਹੀ ਨਾ ਕਿਤੇ ਗੰਢੇ ਗਾਲ ਦੀ ਸਾਰੇ ਬੁੜੀਆਂ ਨੂੰ ਗਿੱਧਾ ਨਾ ਸਿੱਖਿਆ ਭਗਵਾਨ ਮੇਰੇ ਅੰਗ ਸੰਗ ਹੈ ਭਗਵਾਨ ਸਾਲਾ ਮੋਰੇ ਕੰਮ ਚ ਵੀ ਭਗਵਾਨ ਦੀ ਮਦਦ ਭਾਲਦਾ ਪਰਾਂ ਹੋ ਜਾ ਮੈਂ ਖੁੱਡੇ ਚ ਬਹਿ ਕੇ ਭਗਤੀ ਕਰਨੀ ਮੈਂ ਪਿੰਡ ਚ ਤਹਿਕੀਕਾਂਤ ਕਰਕੇ ਆਉਣਾ ਤੂੰ ਭਗਤੀ ਕਰ
ਇੱਧਰ ਜਾ। ਅੱਛਾ ਮੈਂ ਭਗਤੀ ਕਰਦਾ ਭਗਵਾਨ। ਸਾਰਾ ਕੁਛ ਤਾਂ ਸੱਚ ਸੱਚ ਦੱਸਦਾ, ਮੈਨੂੰ ਫੇਰ ਹੁਣ ਇੱਥੇ ਕਿਉਂ ਲੈ ਕੇ ਆਏ ਹੋ? ਕਾਜੀ ਨਾਂ ਹੈ ਮੇਰਾ। ਮੈਨੂੰ ਪਤਾ ਹੈ। ਪੋਸਟਮਾਰਟਮ ਦੀ ਰਿਪੋਰਟ ਆ ਗਈ ਤੇ ਉਹਦੇ ਵਿੱਚ ਸੱਚੋ ਸੱਚ ਦੱਸਦੇ ਕੁੜੀ ਕਿਉਂ ਮਾਰੀ ਆ? ਮੈਂ ਨਹੀਂ ਮਾਰੀ ਜੀ, ਮੈਨੂੰ ਤਾਂ ਮਾਰੀ ਮਰਾਈ ਮਿਲੀ। ਮੈਂ ਸੌਖਾਨਾ ਵੱਡੇ ਮਹਾਰਾਜ ਦੀ, ਮੈਨੂੰ ਕੁੱਟਿਓ ਨਾ, ਮੈਂ ਤੁਹਾਨੂੰ ਸਾਰੀ ਸੱਚ ਸੱਚ ਗੱਲ ਦੱਸ ਦਿੰਦਾ ਜੀ। ਸਾਨੂੰ ਉਹ ਜਗ੍ਹਾ ਤੇ ਲੈ ਕੇ ਚੱਲ ਜਿੱਥੇ ਤੈਨੂੰ ਲਾਸ਼ ਮਿਲੀ। ਚਲੋ ਮੈਂ ਦਿਖਾਉਣਾ ਦੀ ਤੁਹਾਨੂੰ। ਆਏ ਆ ਮੈਨੂੰ ਫੜੀ, ਮੈਂ ਤਾਂ ਉੱਠਿਆ ਨਹੀਂ ਜਾਂਦਾ। ਆਏ ਮਰ ਗਿਆ। ਆਏ ਮੇਰੇ ਚਿੱਤੜ ਦੁਖੀ ਜਾਂਦੇ ਨੇ। ਓਏ ਦੱਸ ਕਿੱਥੇ ਦੱਬੀ ਲਾਸ਼? ਉਹ ਇੱਥੇ ਟੋਆ ਟਵਾ ਪੱਟਣਾ ਤੇ ਸੱਦੋ ਕਿਸੇ ਨੂੰ, ਨਾਲੇ ਕਹੀ ਕੁਹੀ ਲਿਆਓ ਕਿਤੋਂ। ਚਲੋ ਪੱਟੋ। ਲਾਸ਼ ਨੂੰ ਪੋਸਟਮਾਰਟਮ ਲਈ ਲੈ ਕੇ ਚੱਲੋ। ਕਿੱਥੇ ਆ ਤੇਰਾ ਘਰ? ਸਿੱਧੇ ਆਹੀ ਆ, ਲੈ ਕੇ ਆਓ ਇਹਨੂੰ। ਦਵਿੰਦਰ ਆ ਜਾਓ। ਦੱਸ ਬੋਲਦਾ ਨਹੀਂ? ਇੱਥੇ ਮੇਰਾ ਮੰਜਾ ਸੀ ਜੀ, ਇਹਨਾਂ ਦੋਵਾਂ ਭਰਾਵਾਂ ਨੇ ਕੀਤਾ। ਜਦ ਮੈਂ ਦੇਖਿਆ ਤੜਕੇ ਉੱਠਿਆ, ਇੱਥੇ ਉਹ ਕੁੜੀ ਦੀ ਲਾਸ਼ ਪਈ ਸੀ। ਮੈਂ ਨਹੀਂ ਮਾਰੀ, ਉਹ ਮਰੀ ਮਰਾਈ ਹੋਈ ਸੀ ਜੀ।
जनाब। शाह शाप तेरी है? मेरी नहीं है, मैं सच कह रहा जी, मेरी शाप नहीं है। और बीते ता बलकार तेरा भी ना पैंदा मेरा जी। हाँ शाप तेरी है? नहीं नहीं नहीं, शाप ता मेरी है जी। ए फिर इत्थे किवें आई? ए जी मेरे मेरे घर वाली दे हाथ च पाई हुई सी सारा कुछ। इन्हें किया जनाब, छड़ना इन्हू सारा कुछ इन्हें किया, कराया है जी, सा कोई कसूर नहीं है जी, इन्हें किया सब कुछ जी। साहब मेरे घर वाली के हाथ च पाई सी थानेदार साहब, इन्हें मारी जालम ने। कुड़ी ते मुंडे दी उंगल विच फर्क हुंदा है, आ निशान। हाँ जिहड़े नहां दे निशाने ना, इहदा मास उहदियां उंगलां चों मिलिया। जनाब जंगल च क्यों ले गए हो? दस दी मरी जनाब, सौ लगे जनाब। आप मर गई जी। साले दसो नहीं तो गोली मार दूंगा। सचो सच दस, क्यों मारी आ कुड़ी? जनाब मैं दसदा जनाब, मेरे मैं लालच च आ गया जनाब। जनाब आ मेरा बापू कहिंदा पैली बहुत अपने कोल, मैं तेरे शाम तक ब्याह दूं जनाब, कहिंदा गंडी लवांगे, कहिंदा अज दे लालच च आ गया जनाब। मैं कुछ नहीं किया जी, सड़े मारी जी, सड़े मारी जी, मैं नहीं मारी जी, मैं कुछ नहीं किया जी, मैं कोई लालच नहीं दिता जी, सड़े मारी जी, सड़े मारी जी। मैं सच कहना जनाब, मैं माफ कर दो जनाब, मैं मारना नहीं चाहता जनाब। चल निकल बाहर, चाहे कुछ भी हो जाए, पर मैं हुण उन्हां तों होर पैसे नहीं मंगदी, चाहे मेरी जान ही क्यों ना चली जावे। मेरे मां बाप ने कर्जा चक के मेरा विआह कीता, हुण मैं होर पैसे नहीं मंग सकदी। सानूं जरूरत है, 5 लाख चाहिदा मैनूं, ते ओह 5 लाख तू लैके आएगी। सुनया नहीं मुंडे ने की कहा? तुसी चाहे मेरी जान ले लो, पर मैं उन्हां तो होर पैसे नहीं मंगदी। बलकारिया अनवेड़े दा सप्पा, बतेरी जमीन है, अथड़ तक वेदू तैनू, मरना तो तैनू हुण पैना ही है। नहीं नहीं छड्डो मैनूं, लाश दा की करके? कोई गल नहीं, कर लेने इंतजाम। नैबा नंबरदार नाम है मेरा, छड़ियां दे घरे सुट्टा उन्हें, बदनाम तो है ही है, एक बदनामी होर सही, नाले सप मर जू, नाले लाठी बज जू। Thank you.
पता नहीं लगा जनाब गुस्से च, पता नहीं लगा जनाब की हो गया, पैसे दे लालच चन्ने हो गए। कख ना रहे, तेरा सत्यानाश हो जे, ओ तै मैनू मरवा के मुड़के मेरी सारनी लई, ना ता कोई सरपंच करया, ना कोई मेंबर करया, ना कोई वकील करया, ओए तेरा सत्यानाश हो जे, ओए तू भरा नी मेरा दुश्मन है ओए। ओ भाई तेरी ता बाली डेंटिंग पेंटिंग करी पई है, ओ तेरा ता नक्शा ही बिगाड़िया पिया। ओ मेरे उत्ते किते ओ कोई ऐसी जगह नहीं जिथे मेरा भरावा, तू तो मेरे नाल चंगा रहा होगा भाई, कुछ खादा पीता तो होगा। बहुत कुछ खादा पीता सी की? बहुत कुछ खादा, जुत्तियां छुटे डांगा। एक और गल सुन ला की, जेड़ा है दबंगा सचो है, इन्हे मैनू सारे नू नंगा करके कुट्या। वेरी शेम शेम, मेरे ते भी बाली चंगी नहीं गुजरी, मैं भी इन्ने दिन कुप च रह के कट्टे ने मूलियां शलगम पत्ते खा के, हाय मैं ता जे एक दो दिन हो रह जांदा ओ सारे पासों मैं ता हरा हरा हो जाना सी भाई। ओ गजरा, ओ किन्ने पापी लोग ने, ਇੱਥੇ ਸਾਨੂੰ ਇੱਕ ਨਹੀਂ ਜੁੜਦੀ, ਉਹ ਦਾਜ ਪਿੱਛੇ ਕੁੜੀਆਂ ਮਾਰੀ ਜਾਂਦੇ ਨੇ ਓਏ। ਸਹੀ ਗੱਲ ਆ ਬਾਈ, ਸਾਰੀ ਸਮੱਸਿਆ ਦੀ ਜੜ ਨਾ ਇਹ ਦਾਜ ਹੀ ਆ, ਜੇ ਦਾਜ ਦਾ ਕੋਡ ਖਤਮ ਹੋ ਜੇ ਤਾਂ ਲੋਕ ਕੁੱਖਾਂ 'ਚ ਧੀਆਂ ਨੂੰ ਮਰਵਾਉਣੋਂ ਵੀ ਹਟ ਜਾਣ। ਓਏ ਜੇ ਐਂ ਕੁੜੀਆਂ ਮਰਦੀਆਂ ਰਹੀਆਂ, ਐਂ ਕਤਲ ਹੁੰਦੇ ਰਹੇ, ਓਏ ਸਾਰਾ ਜੱਗ ਹੀ ਛੜਾ ਦਾ ਹੋ ਜੂਗਾ। ਹਾਂ ਮੈਂ ਸਾਰੇ ਜੱਗ ਨੂੰ ਛੜਾ ਤਾਂ ਨਹੀਂ ਹੋਣ ਦਊਂਗਾ। ਭਗਵਾਨ बोल पक्ता, की इच्छा है तेरी? जा कम कर तू। साड़ी इच्छा तो सारी खत्म हो गई, साड़ी हुण की इच्छा रहेगी? मैं तो पुलिस ने कुटिया, मेरा तो अंग निशाया पिया, नहीं दुखता है। तू जा जा जाके काम कर, असी बहुत दुखी आ। ओ भरावा टीचर ना कर सानू देख बाई बन के, मैं ना तीन दिन तूली वाले कुप च बैठा रहा, मैं बहुत तंग आ, सड़ तो मुरम्मत ना करा ली जा, दौड़ जा तू। पक्ता मैं भगवान हाँ, तुहाडी इच्छा पूरी करनी है, छेती छेती मंगो। की मंगदे हो? चंगा पहला गैप होके दिखा। तुहाडी यही इच्छा है? हाँ हाँ। ता चल ठीक है, ता था अस तू। ओ कंजर दिया, ओ सच्ची मुची दा भगवान सीगा, ओ जे मंगनिया सी ता 20-25 जनानियां मंग लेंदा, ओ जनानियां मंग लेंदा। ਆਏ ਸੱਚੀ ਮੱਚੀ ਦਾ ਭਗਵਾਨ ਆਇਆ ਸੀਗਾ, ਦੁਬਾਰਾ ਫਿਰ ਬੁਲਾਉਣਾ, ਦੁਬਾਰਾ ਫਿਰ ਮੰਗੂਗਾ। ਉਹ ਤੇਰੀ ਲਈ ਵਿਹਲਾ ਫਿਰਦਾ, ਉਹਨੇ ਸਾਰੀ ਸ੍ਰਿਸ਼ਟੀ ਵੇਖਣੀ ਹੁੰਦੀ ਆ। ਭਗਵਾਨ ਹੁਣ ਨਹੀਂ ਆਉਂਦਾ, ਤੇਰੇ ਪਿਓ ਦਾ ਨੌਕਰ ਆ ਉਹ। सब जी बनाई के छड़ियां दी ਛੜੇ ਨਾ ਗੱਲ ਕੀਤੀ ਉਹ ਵਿਆਜ ਨਾ ਚਾ ਚੜਿਆ।
शावा शावा पिछड़िया दे पुलिस पई शीशा मोचना ते सुर में दानी के इक लबी गानी के छड़िया दे छड़िया नू दौरा पै गया बल्ले बल्ले बिछड़े नुक्कड़े मिले पई शावा शावा बिछड़े नुक्कड़े मिले पई ओ बल्ले बल्ले बिछड़े नुक्कड़े मिले पई शावा शावा बिछड़े नुक्कड़े मिले पई छड़ा आख दा चुंबड़ जा मैनू मैं रख लूंगा तेनू बिछड़े नू